ਮਾਣ ਅਤੇ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸਾਡੇ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ, ਸੈਂਟਰਲ ਮਿਨਿਸਟਰ ਸਾਬਕਾ ਔਰ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਦਿਲ ਦੀ ਧੜਕਣ ਮੇਰੀ ਬਰਾਤ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਜਿਹੜੇ ਕਿ ਕਾਬਲ ਔਰ ਕਾਬਲ ਹੀ ਮੁੱਖ ਮੰਤਰੀ, ਜਿਹੜੇ ਸਭ ਨਾਲੋਂ ਜ਼ਿਆਦਾ 5 ਵਾਰੀ ਬਣੇ ਹੈਗੇ, ਉਹਨਾਂ ਦੇ ਸਪੁੱਤਰ ਸਰ ਸੁਖਬੀਰ ਸਿੰਘ ਬਾਦਲ ਅੱਜ ਦਾਸ ਦੇ ਗਰੀਬਖਾਨੇ ਆਏ ਹੈਗੇ। ਨਾਲ ਹੀ ਮੇਰੇ ਵੀਰ, ਕਿਉਂਕਿ ਥੋੜ੍ਹਾ ਬਹੁਤਾ ਸਾਡਾ ਵੀ ਮਾਝੇ 'ਚ ਇਹਨਾਂ ਦੇ ਗੁਆਂਢ ਰਕਬਾ ਸੀ ਬੜਾ ਜਿਹਾ, ਇਹਨਾਂ ਦਾ ਤਾਂ ਬਹੁਤ ਵੱਡਾ ਸੀ, ਸਰਦਾਰ ਬਿਕਰਮ ਸਿੰਘ ਜੀ ਮਜੀਠੀਆ, ਜਿਹੜੇ ਕਿ ਮਾਝੇ ਦੇ ਜਰਨੈਲ ਹਨ, ਰੈਵਨਿਊ ਮਿਨਿਸਟਰ ਔਰ ਅਕਾਲੀ ਦਲ ਦਾ ਜਿਹੜਾ ਦੇਖ ਰੇਖ ਮਾਝੇ 'ਚ ਕਰ ਰਹੇ ਹਨ, ਸਾਹਿਬ ਬਿਕਰਮਜੀਤ ਸਿੰਘ ਮਜੀਠੀਆ, ਜਿਨ੍ਹਾਂ ਦਾ ਪਰਿਵਾਰ ਤੁਹਾਨੂੰ ਪਤਾ, ਜਿਨ੍ਹਾਂ ਨੇ ਟ੍ਰਿਬਿਊਨ ਵੀ ਸ਼ੁਰੂ ਕੀਤੀ, ਖਾਲਸਾ ਕਾਲਜ ਵੀ ਲਾਇਆ ਸ਼ੁਰੂ ਕੀਤਾ ਔਰ ਬੜੀ ਸੇਵਾ ਕੀਤੀ ਹੈਗੀ ਪੰਥ ਦੀ, ਉਹਨਾਂ ਦੇ ਇਹ ਸਪੁੱਤਰ ਹਨ ਸਾਹਿਬ ਬਿਕਰਮਜੀਤ ਸਿੰਘ ਜੀ ਮਜੀਠੀਆ। ਨਾਲ ਸਰ ਪਰਮਿੰਦਰ ਸਿੰਘ ਜੀ ਢੀਸਾ, ਬੜੇ ਪੁਰਾਣੇ ਸਾਡੇ ਸੰਬੰਧ ਹਨ, ਸਰ ਸੁਖਦੇਵ ਸਿੰਘ ਜੀ ਢੀਸਾ, ਮੇਰੇ ਬੈਨੋਈ ਮਾਨਸਾਈਆ ਸਾਹਿਬ, ਹਰ ਦੁੱਖ ਸੁੱਖ ਦੇ ਵਿੱਚ ਮੇਰੇ ਕੋਲ ਆਉਂਦੇ ਰਹੇ ਹਨ, ਬੜੇ ਨੇਕ ਕਾਬਲ ਇਨਸਾਨ ਹਨ ਔਰ ਮੇਰੇ ਖਿਆਲ 4 ਜਾਂ 5 ਵਾਰੀ ਜਿੱਤ ਚੁੱਕੇ ਹਨ ਆਪਦੇ ਹਲਕੇ 'ਚੋਂ, ਸਰਦਾਰ ਪਰਮਿੰਦਰ ਸਿੰਘ ਜੀ ਢੀਸਾ। ਇਸੇ ਤਰ੍ਹਾਂ ਹੀ ਮੈਡਮ ਜੋਸ਼ ਔਰ ਸਾਡੇ ਲੌਂਗੋਵਾਲ ਸਾਹਿਬ ਦੇ ਬੇਟੇ ਸਰ ਨਾਵਿੰਦਰ ਸਿੰਘ ਜੀ ਲੌਂਗੋਵਾਲ ਔਰ ਹੋਰ ਕੋਈ ਵੀ ਹੰਸਰਾਜ ਜੀ ਹੰਸਾ, ਸਾਡੇ ਤਾਂ ਨਾਨਕੇ ਇਹਨਾਂ ਦੇ ਪਿੰਡ ਆ, ਇਕੱਠੇ ਹੀ ਅਸੀਂ ਸਾਰੇ ਇੱਥੇ ਘੁੰਮਦੇ ਰਹੇ, ਨਾਲ ਪਿੰਡ ਇਹਨਾਂ ਦੇ ਸਾਰੇ ਆਏ ਹੋਏ ਆ ਨਾਨਕਿਆਂ ਤੋਂ ਇਹਨਾਂ ਦੇ, ਔਰ ਸਾਹ ਨਾਨ ਨਾਇਬ ਸਿੰਘ। ਸਾਡੀ ਔਰ ਕੁਹਾੜ ਸਾਹਿਬ ਦੀ ਬੜੀ ਯਾਰੀ ਰਹੀ, ਕੁਛ ਡਿਫਰੈਂਸ ਤਾਂ ਤੁਹਾਨੂੰ ਪਤਾ ਪਾਸੇ ਹੋ ਜਾਂਦੀ, ਮੇਰਾ ਭਾਣਜਾ ਆ ਇਹਨਾਂ ਦਾ ਨਾਨਾ ਅਤੇ ਮੇਰਾ ਬਾਪ, ਬਹੁਤ ਹੀ ਅੱਛੇ ਦੋਸਤ ਸਨ ਔਰ ਇਹ ਮਰਾਜਵਾੜਾ ਸਾਰਾ ਇੱਕੋ ਹੀ ਪੰਚਾਇਤ ਹੁੰਦੀ ਸੀ ਕੰਕੁਰ ਦੀ। ਮੇਰੀ ਮਰਾਜ ਸਾਹ ਨਾਇਬ ਸਿੰਘ ਜੀ ਬੜੇ ਨੇਕ ਸ਼ਰੀਫ ਇਨਸਾਨ ਹਨ, ਗੱਲ ਥੋੜ੍ਹੀ ਕਰਦੇ ਆ, ਕੰਮ ਜ਼ਿਆਦਾ ਕਰਦੇ, ਉਹ ਵੀ ਅੱਜ ਆਏ। ਮੈਂ ਅੱਜ ਪ੍ਰੈਸ ਵਾਲਿਆਂ ਨੂੰ ਪਹਿਲਾਂ ਵੀ ਸੰਬੋਧਨ ਕਰ ਰਿਹਾ ਸੀ ਜਦੋਂ ਬਾਦਲ ਸਾਹਿਬ ਆਏ ਆ, ਕਿ ਮੈਂ ਆਮ ਤੌਰ 'ਤੇ ਸਾਰੇ ਸਿਆਸੀ ਬੰਦੇ ਜਦੋਂ ਪਾਰਟੀ ਤਕੜੀ ਹੋਵੇ ਉਦੋਂ ਜੁਆਇਨ ਕਰਦੇ ਆ, ਜਦੋਂ ਕਮਜ਼ੋਰ ਹੋਵੇ ਤਾਂ ਉਹ ਛੱਡਦੇ। ਮੇਰਾ ਉਲਟ ਹੋਇਆ ਕਿ ਜਦੋਂ ਸਾਡੀ ਸਰਕਾਰ ਕਾਂਗਰਸ ਦੀ ਨਾ ਸੈਂਟਰ 'ਚ ਸੀ 78 'ਚ, ਅਤੇ ਨਾ ਹੀ ਇੱਥੇ ਸੂਬੇ 'ਚ, ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਚੀਫ ਮਿਨਿਸਟਰ ਸਨ, ਉੱਤੇ ਮਰਾਰਜੀ ਦਸਾਈ ਸੀ, ਉਸ ਵੇਲੇ 78 'ਚ ਜੁਆਇਨ ਕੀਤਾ ਕਾਂਗਰਸ ਨੂੰ, ਜਨਰਲ ਸੈਕਟਰੀ ਪੰਜਾਬ 'ਚ ਰਿਹਾ ਮੈਂ, ਸਾਰੇ ਹੀ ਮੇਰੇ ਨਾਲ ਪਵਨ ਬੰਸਲ, ਪ੍ਰਤਾਪ ਬਾਜਵਾ, ਚੌਧਰੀ ਸੰਤੋਖ ਸਿੰਘ ਔਰ ਸਾਰੇ ਹੀ ਮੇਰੇ ਨਾਲ ਸੀਗੇ। ਔਰ ਉਸ ਤੋਂ ਬਾਅਦ ਅੱਜ ਦੇਖ ਲਓ ਕਿੰਨਾ ਸਮਾਂ ਹੋ ਗਿਆ ਪਾਰਟੀ ਦੇ ਨਾਲ ਰਹੇ ਹਾਂ, ਮਗਰ ਅੱਜ 77 ਸੀਟਾਂ ਕਾਂਗਰਸ ਦੀਆਂ ਹਨ, 3 ਸਾਢੇ 3 ਸਾਲ ਪਏ ਆ, ਮਗਰ ਅੱਜ ਭਰਿਆ ਮੇਲਾ ਛੱਡ ਕੇ
ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਗਏ ਹਾਂ। ਇਹ ਸਰਕਾਰ ਸੁਖਬੀਰ ਸਿੰਘ ਦੀ ਪਰਸਨੈਲਿਟੀ, ਇਹਨਾਂ ਦਾ ਵੇ ਆਫ ਵਰਕਿੰਗ, ਇਹਨਾਂ ਦਾ ਮਿਲਣਾ ਸਾਹਿਬ ਬਿਕਰਮਜੀਤ ਸਿੰਘ ਜੀ ਮਜੀਠੀਆ, ਇਹਨਾਂ ਦਾ ਜਿਹੜਾ ਵੇ ਆਫ ਵਰਕਿੰਗ, ਔਰ ਪਰਮਿੰਦਰ ਸਿੰਘ ਜੀ ਢੀਸਾ ਜਿਹੜੇ ਇੱਕ ਪਰਿਵਾਰਕ ਮੈਂਬਰ ਹਨ, ਹੰਸਰਾਜ ਜੀ ਹੰਸ ਜਿਹੜੇ ਕਿ ਅੱਗੇ ਵੀ ਅਸੀਂ 3-4 ਮਹੀਨੇ ਇਕੱਠੇ ਫਿਰਦੇ ਰਹੇ ਹਨ, ਆਪਣਾ ਘਰ ਮਹਿਸੂਸ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ। ਮੈਂ ਅੱਜ ਤੋਂ ਬਾਅਦ ਮੇਰਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ, ਔਰ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਮੇਰਾ। ਲੋਹੀਆਂ ਵਾਲੇ ਸਾਰੇ ਤੁਸੀਂ ਅਕਾਲੀ ਦਲ ਦੇ ਵੀ ਇੱਥੇ ਆਏ ਹੋ, ਤੁਹਾਨੂੰ ਪਤਾ ਤਕਰੀਬਨ ਸਾਰਿਆਂ ਨਾਲ ਮੇਰਾ ਪਿਆਰ ਵੀ ਰਿਹਾ ਹੈਗਾ, ਔਰ ਜੋ ਜੋ ਕੰਮ ਆ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ। ਮੇਰੇ ਖਿਆਲ ਲੋਹੀਆਂ ਸ਼ਹਿਰ ਦੇ ਵਿੱਚ, ਕਿਉਂਕਿ ਬਾਦਲ ਸਾਹਿਬ ਪਹਿਲੋਂ ਆਏ ਹੈ, ਮੈਂ ਦੱਸਣਾ ਚਾਹੁੰਦਾ ਜਾਂ ਕੰਮ ਕੁਹਾੜ ਸਾਹਿਬ ਨੇ ਕੀਤਾ ਜਾਂ ਮਾੜਾ ਮੋਟਾ ਦਾਸ ਨੇ ਕੀਤਾ। 2.5-2.25 ਸੈਕਟਰੀ ਤੁਹਾਡੇ ਇੱਥੇ ਰੱਖਿਆ, ਸਬ ਡਿਵੀਜ਼ਨ ਸ਼ਾਹਕੋਟ ਦੀ ਬਣਾਈ, ITI ਦਾ ਸਕੂਲ ਬਣਾਇਆ, 50 ਟੈਂਕੀਆਂ 150 ਪਾਣੀ ਨੂੰ ਜਾਂਦੀਆਂ, ਹਰ ਪਿੰਡ ਦੇ ਵਿੱਚ ਬਾਦਲ ਸਾਹਿਬ 10 ਮਕਾਨ, 20, 40, 50 ਹਰ ਪਿੰਡ ਦੇ ਵਿੱਚ ਦਿੱਤੇ ਕੱਚੇ ਤੋਂ ਪੱਕੇ। ਇਸੇ ਤਰ੍ਹਾਂ ਹੀ ਜਿਹੜੀ ਸਿੱਧੀ ਸੜਕ ਜਾਂਦੀ ਲੋਹੀਆਂ ਵਾਲੇ ਨੂੰ, 15 ਕਿਲੋਮੀਟਰ ਸ਼ੋਰਟ ਜਿਹੜੀ ਇੱਥੋਂ ਸਿੱਧੀ ਲੋਹੀਆਂ ਨੂੰ ਜਾਂਦੀ ਵਾਇਆ ਕਾਲਾ ਸਿੰਘਾ, ਉਹ ਵੀ ਦਾਸ ਨੇ ਬਣਾਈ, ਮੁੜ ਕੇ ਕੁਹਾੜ ਸਾਹਿਬ ਨੇ ਉਹਨੂੰ ਚੌੜਾ ਕੀਤਾ। ਕੁਹਾੜ ਸਾਹਿਬ ਨੇ ਵੀ ਬਹੁਤ ਜ਼ਿਆਦਾ ਕੰਮ ਕੀਤਾ ਆਪਣੇ 10 ਸਾਲਾਂ ਦੇ ਵਿੱਚ, ਤਾਂ ਹੀ ਉਹ 5 ਵਾਰੀ ਬਣੇ ਹੈਗੇ। ਨਹੀਂ, 5 ਵਾਰੀ ਆਮ ਬੰਦੇ ਨੂੰ MLA ਬਣਨਾ ਇੱਕ ਖਾਲਾ ਜੀ ਦੀ ਖੇਡ ਨਹੀਂ ਹੈਗੀ, 5 ਵਾਰੀ ਬਣਨਾ। ਸੋ ਇਸ ਕਰਕੇ ਮੈਂ ਅੱਜ ਬੜੇ ਦੁਖੀ ਹਿਰਦੇ ਦੇ ਨਾਲ ਕਾਂਗਰਸ ਨੂੰ ਅਲਵਿਦਾ ਕਹਿ ਕੇ, ਔਰ ਮੇਨ ਇੱਕ ਵਜ੍ਹਾ ਰਾਣਾ ਗੁਰਜੀਤ ਸਿੰਘ ਜਿਹੜਾ ਕਿ ਹਰ ਹਲਕਿਆਂ ਦੇ ਵਿੱਚ ਦਖਲ ਦਿੰਦਾ। ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਸਾਰੇ MLA ਕੈਪਟਨ ਸਾਹਿਬ ਨੂੰ ਮਿਲੇ, ਹੈਨਰੀ ਸਾਹਿਬ ਵੀ, ਚੌਧਰੀ ਸੰਤੋਖ ਵੀ, ਆਪਣਾ KP ਸਾਹਿਬ ਵੀ, ਸੁਰਿੰਦਰ ਵੀ, ਦਾਸ ਵੀ, ਸਮਰਾ ਵੀ, ਸਾਰਿਆਂ ਨੇ ਕਿਹਾ ਕਿ ਜਿੱਦਣ ਦਾ ਇਹ ਆਇਆ 2004 'ਚ ਦੁਆਬੇ ਦੀ ਲਾਈਨ ਥੱਲੇ ਗਈ ਹੈਗੀ ਆ MLA ਜਿਹੜਾ ਕਿ ਦੁਆਬਾ ਕੇ ਕਾਂਗਰਸ ਨੂੰ ਬਣਾਉਂਦਾ ਸੀ। ਇਹ ਹਰ ਧੜੇ ਦੇ ਵਿੱਚ ਕਰਦਾ ਦਖਲ, ਸਾਰਾ ਸਮਝਾਇਆ, ਪਤਾ ਨਹੀਂ ਕੈਪਟਨ ਸਾਹਿਬ ਦੀ ਕੀ ਮਜਬੂਰੀ ਸੀ। ਹੁਣ ਵੀ ਆਪ ਵੀ ਰੇਤਾ ਦੇ ਕੰਮ 'ਚ ਛੱਡਣਾ ਪਿਆ, ਇਹਨੂੰ ਅਸਤੀਫਾ ਦਵਾਇਆ। ਆਹ ਜਿਹੜਾ ਹੈਗਾ ਇਹਦਾ ਪੋਤਿਆ, ਕਬਜ਼ੇ ਥਾਂ ਥਾਂ 'ਤੇ ਕਰਦਾ, ਥਾਂ ਥਾਂ 'ਤੇ ਰੇਤਾ, ਹਰਦੇਵ ਸਿੰਘ ਲਾਡੀ, ਮੈਂ ਇਹਦੇ ਕਬਜ਼ੇ ਗਿਣਾ ਦਿੰਦੇ ਹਾਂ ਕਿੰਨੇ ਕਾਂਗਰਸੀ ਛੱਡ ਕੇ। ਪਦਮਾ ਪਿੰਡ ਦੇ ਵਿੱਚ ਸਾਡਾ ਬਲੋਕ ਸਮਿਤੀ ਦਾ ਮੈਂਬਰ ਸੁਭਾਸ਼ 1000 ਵੋਟ ਨਾਲ ਜਿੱਤਿਆ, ਉਹਦੀ ਪੈਲੀ 'ਚ ਕਬਜ਼ਾ ਕਰ ਲਿਆ, ਬਾਹੂਪੁਰ ਭਗਤ ਸਿੰਘ ਦੀ ਪੈਲੀ 'ਚ ਕੀਤਾ, ਉਹ ਛੱਡ ਕੇ ਕਾਂਗਰਸ ਚਲੇ ਗਏ। ਦੁਆ ਲੋਹੜੀ ਵਾਲੇ ਦਿਨ ਗੱਡੀਆਂ ਓਵਰਟੇਕ ਕੀਤੀਆਂ, ਉਹਨਾਂ ਦੇ ਘਰੇ ਜਾ ਕੇ ਕੁੱਟਿਆ। ਆਹ ਬੀਬੀਆਂ ਕਾਕੜਾਂ ਤੋਂ 4 ਲਿਆਂਦੀਆਂ, 3 ਬੀਬੀਆਂ, ਇਹਨਾਂ ਦੀ ਜ਼ਮੀਨ ਮੇਰੇ ਨਾਲ ਹੀ ਕਾਕੜਾਂ, 3 ਲੜਕੀਆਂ, ਉਹਨਾਂ ਦੇ ਭਤੀਜੇ ਨੂੰ ਕਹਿੰਦਾ ਕਿ ਮੈਨੂੰ ਹਿੱਸਾ ਦੇ, ਤੈਨੂੰ ਮੈਂ ਨਾਲ ਉੱਠੋ ਜੀ ਆਓ ਇੱਧਰ, 3 ਕਾਕੜਾਂ ਨਾਲ ਹੀ ਪਿੰਡ ਹੈ, 3 ਭੈਣਾਂ, ਕੋਈ ਭਰਾ ਨਹੀਂ, ਫਰਜ਼ੀ ਭਰਾ ਖੜ੍ਹਾ ਕਰਕੇ ਉਹਨੂੰ ਕਹਿੰਦਾ ਤੂੰ ਜਾਇਦਾਦ ਅੱਧੀ ਮੈਨੂੰ ਦੇ ਦੇ, ਅੱਧੇ ਤੂੰ ਰੱਖ,
57 ਤਿੰਨੇ ਲੜਕੀਆਂ ਦੀ ਕੀਤੀ, 145 ਲਵਾਈ, ਜਿਹੜਾ ਕਿ ਅਸੀਂ ਤਕੜੇ ਹੋ ਕੇ ਮੁੜ ਕੇ ਪਹੁੰਚਾਇਆ। ਔਰ ਅੱਜ ਨਹੀਂ, 3 ਮਹੀਨੇ ਹੋ ਗਏ SSP ਨੂੰ ਅਰਜ਼ੀ ਦਿੱਤੀ ਜਿਹਦੇ 'ਚ ਹਰਦੇਵ ਸਿੰਘ ਲਾਡੀ ਦਾ ਨਾਂ ਲਿਖਿਆ। ਫਿਰ ਤੁਹਾਨੂੰ ਪਤਾ ਕਾਮਰੇਡ ਮੋਹਨ ਸਿੰਘ ਨੇ ਕੀ ਬਿਆਨ ਦਿੱਤੇ ਆ, ਸਟਿੰਗ ਓਪਰੇਸ਼ਨ ਉੱਦਾਂ ਤਾਂ ਇੱਕ ਬਣੀ ਅਤੇ ਕਈਆਂ ਨੂੰ ਇਹ ਐਕਸ਼ਨ ਲੈ ਲੈਂਦੇ ਆ, ਤਾਂ ਇੱਥੇ ਸਟਿੰਗਾਂ 3-3 ਬਣ ਚੁੱਕੀਆਂ ਹੈਗੀਆਂ ਅਤੇ ਹਰਦੇਵ ਸਿੰਘ ਲਾਡੀ ਹਜੇ ਵੀ ਕੈਂਡੀਡੇਟ ਬਣੇ। ਜਿੰਨੀ ਕੰਟਰੋਵਰਸੀ ਮੇਰੇ ਖਿਆਲ ਇਸ ਕੈਂਡੀਡੇਟ 'ਤੇ ਬਣੇ, ਅੱਜ ਤਾਈਂ ਕਿਸੇ ਦੀ ਇਤਿਹਾਸ 'ਚ ਨਹੀਂ ਬਣੀ। ਮੈਂ ਅੱਗੇ ਕਹਿੰਦਾ ਇਹ ਸੀਟ ਅਵਸ਼ ਸ਼੍ਰੋਮਣੀ ਅਕਾਲੀ ਦਲ ਜਿੱਤੂਗਾ। ਕੈਪਟਨ ਸਾਹਿਬ, ਯੂ ਵਿਲ ਲੂਜ਼ ਦਿਸ ਬੈਟਲ ਐਂਡ ਯੂ ਵਿਲ ਲੂਜ਼ ਦਾ ਬਿਗਰ ਵਾਰ ਆਲਸੋ। ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਆਊਗਾ, ਕਾਂਗਰਸ ਵਿਲ ਬੀ ਵਾਈਪਡ ਆਊਟ। ਤੁਸੀਂ ਜਿਹੋ ਜਿਹੇ ਬੰਦਿਆਂ ਦੀ, ਸੋ ਮੈਂ ਨਿਮਰਤਾ ਸਾਹਿਬ ਬੜੇ ਦੁਖੀ ਹਿਰਦੇ ਨਾਲ ਪਾਰਟੀ ਵਸਦੀ ਪਾਰਟੀ ਪਾਵਰ ਦੇ ਵਿੱਚ ਪਾਰਟੀ ਨੂੰ ਛੱਡ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਪਣਾ ਪਰਿਵਾਰ ਜੁੜਾਇਆ। ਬਾਦਲ ਨਾਲ ਮੇਰੇ ਅੱਗੇ ਵੀ ਬੜੀਆਂ ਸਾਂਝਾਂ ਸੀ। ਕੱਲ੍ਹ ਪਰਸੋਂ ਤ੍ਰਿਪਤ ਰਜਿੰਦਰ ਸਿੰਘ ਜੀ, ਚਲੋ ਫਰਜ਼ ਆ, ਸੁੱਖ ਸਰਕਾਰੀ ਆ ਜੀ, ਅਤੇ ਸੰਦੀਪ ਸੰਧੂ ਹੋਣੀ ਤਾਂ ਰੋਜ਼ ਹੀ ਤਕਰੀਬਨ ਇੱਥੇ ਕਹਿੰਦੇ ਸੀ, ਮੈਂ ਡਰਦਾ ਮਾਰਾ ਰਾਤ 4 ਵਜੇ ਇਹ ਲਾਉਂਦੇ, ਕਦੇ ਕਹਿੰਦੇ ਤੁਹਾਨੂੰ ਅਹੁਦਾ ਦੇਵਾਂਗੇ, ਕਦੇ ਕਹਿੰਦੇ ਤੁਹਾਨੂੰ ਆਹ ਕਰ ਦਾਂਗੇ। ਮੈਂ ਬੜੀ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਮੈਂ 4 ਵਜੇ ਰਾਤ ਆਇਆ, ਬਾਦਲ ਸਾਹਿਬ ਬੜਾ ਵੱਡਾ ਕੱਟ ਕਰਨਾ ਸੀ, 4 ਵਜੇ ਰਾਤ ਲੁੱਕ ਲੁੱਕ ਕੇ ਆਇਆ ਕਿ ਮੈਨੂੰ ਐਵੇਂ ਨਾ ਕਿਤੇ ਇਹ ਕਿਸੇ ਹੋਰ ਕਰ। ਮੈਂ ਕਿਹਾ ਮੈਨੂੰ ਤੁਹਾਡਾ ਜੋ ਕੁਛ ਮਿਲਣਾ ਸੀ ਦੇ ਦਿੱਤਾ ਮੈਨੂੰ, ਹੁਣ ਮੈਨੂੰ ਕਾਈਂਡਲੀ ਦੱਸ ਦਿਓ। ਮੈਂ ਆਪਣਾ ਨਾਤਾ ਜੋੜ ਲਿਆ ਅਤੇ ਮੈਂ ਉਹਨੂੰ ਬਣਾ ਲਿਆ, ਮੈਂ ਕੋਈ ਤੁਹਾਡੀ ਚੀਜ਼ ਨਹੀਂ ਹੋਣੀ। ਆਪਣੇ ਰਾਣਾ ਸੋਢੀ ਜੀ ਨੇ ਵੀ ਬੜੇ ਹੀਰਾ ਮੇਰਾ, ਕਿਉਂਕਿ ਕੁੜਮ ਸਾਹਿਬ ਮੇਰੇ ਕੁੜਮ ਸਾਹਿਬ ਉਹ ਜਲਾਲਾਬਾਦ ਇਹਨਾਂ ਦੇ ਹਲਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹੇ, ਬਾਦਲ ਸਾਹਿਬ ਦੇ ਬੁਰਜਾਂ ਵਿੱਚ ਉਹ ਵੀ ਆਏ ਜੀ। ਕਦੇ ਉਹਨਾਂ ਨੂੰ ਦੁਆਲੇ ਹੋ ਜਾਣ ਕਿ ਆਪਣੇ ਕੁੜਮਾਂ ਨੂੰ ਕਹੋ, ਰਾਣਾ ਸੋਢੀ ਜੀ, ਕਦੇ ਹੀਰਾ ਜੀ, ਕਦੇ ਹੁਣ ਲਿਆਵਾਂਗੇ ਤਾਂ ਸਾਰੇ ਲਿਆਵਾਂਗੇ ਜੀ, ਤੜਾ ਬੁੜਾ ਮਾੜਿਆਂ ਨੂੰ ਤਾਂ ਲਿਆ, ਜੇ ਕੁੜਮ ਆ ਹੁਣ ਜਾ ਅਸੀਂ ਜਾਣਾ ਸੀ ਉੱਧਰ ਜਾ ਉਹ ਆਉਣਗੇ। ਹੁਣ ਹੱਥ ਸਾਡਾ ਤਾਂ ਇੱਕੋ ਮਨ 'ਚ ਆ, ਮੈਂ ਅਨਕੰਡੀਸ਼ਨਲੀ ਆਇਆ। ਮੈਂ ਪ੍ਰੈਸ ਨੂੰ ਵੀ ਕਹਿ ਰਿਹਾ, ਮੈਂ ਵਰਕਰਾਂ ਨੂੰ ਵੀ ਕਹਿ ਰਿਹਾ, ਮੈਂ ਬਾਦਲ ਸਾਹਿਬ ਨੂੰ, ਮਜੀਠਾ ਸਾਹਿਬ ਨੂੰ ਕਹਿ ਰਿਹਾ, ਮੇਰੀ ਕੋਈ ਕੰਡੀਸ਼ਨ ਨਹੀਂ, ਮੈਂ ਟਿਕਟ ਲੈਣੀ ਆ ਫਲਾਨਾ ਕੰਮ। ਭਾਣਜਿਆ ਮੇਰਿਆ ਸੁਣ ਲਾ ਇੱਕ ਗੱਲ, ਕੋਈ ਟਿਕਟ ਨਹੀਂ ਤੇਰੀ ਲਊਂਗਾ, ਤੂੰ ਹੀ ਲਏਗਾ ਗਾਂ, ਚਾਹੇ 75 ਨੂੰ ਲੜ, ਤੂੰ ਲੜ, ਤੂੰ ਹੀ ਲੜੇਗਾ। ਇਹ ਮੈਂ ਸਾਰੀ ਪ੍ਰੈਸ 'ਚ, ਬਾਦਲ ਸਾਹਿਬ ਜੇ ਮੈਂ ਮੰਗਾਂ ਟਿਕਟ ਤਾਂ ਮੇਰੇ ਉੱਤੇ ਜਿੰਨਾ ਮਰਜ਼ੀ, ਅਤੇ ਨਾ ਫਰਕ ਤੂੰ ਰੱਖਣਾ ਹੁਣ ਅਤੇ ਨਾ ਮੈਂ ਰੱਖਣਾ। ਸਾਂਝੇ ਹੋ ਕੇ ਆਪਾਂ ਅੱਗੇ ਪੁਰਾਣੇ ਤੌਰ 'ਤੇ ਬੋਲ ਦੀ ਜਿੱਥੇ ਨਹੀਂ ਨਾ ਖਿੱਚ ਸਕਦੇ, ਅਸੀਂ ਇੱਕ BD ਲਾ ਲੈਂਦੇ ਹਾਂ, ਅਸੀਂ BD ਦੋ, ਹੁਣ ਆਪਾਂ BD ਬਣ ਗਏ ਹਾਂ, ਤੇਰੀ ਮਦਦ ਹੀ ਮਦਦ ਕਰਨੀ ਤੇਰੀ, ਇਹ ਨਾ ਘਬਰਾਈ, ਲੋਕ ਤੈਨੂੰ ਕਹਿਣਗੇ ਸਰਦਾਰ ਨੇ ਟਿਕਟ ਬਣੀ ਲਾ। ਆਹ ਬਾਦਲ ਸਾਹਿਬ ਜੇ ਮੰਗਾਂ ਵੀ ਤਾਂ ਕਹਿ ਦਈ, ਉਹ ਵੀ ਤੁਹਾਨੂੰ ਪ੍ਰੈਸ 'ਚ ਕੀ ਕਿਹਾ, ਆਹ ਸੀੜੀਆਂ ਇੱਕ ਇੱਕ ਦੇ ਦਿਓ ਬਾਦਲ ਸਾਹਿਬ ਨੂੰ, ਤਾਂ ਕਿ ਮੈਂ ਮੰਗਾਂ ਉਹ ਕਹਿਣਾ ਵੇਖ ਤੂੰ ਕਿੰਨੇ ਬੰਦੇ ਸਾਹਮਣੇ ਗਈ। ਚਲੋ ਇੱਕ ਵਿਸ਼ਵਾਸ ਦੀ ਗੱਲ ਹੈ, ਸੋ ਭਾਣਜਿਆ ਮੇਰਿਆ,
ਕੋਈ ਤੇਰੀ ਮੈਂ ਸੀਟ ਪਕੜੀ, ਤੂੰ ਮੇਰੇ ਤੋਂ ਜਿੰਨੀ ਮਦਦ ਲੈਣੀ ਹੈ ਲੈ, ਤੈਨੂੰ ਵੀ ਪਤਾ ਮੈਨੂੰ ਵੀ ਪਤਾ, ਲਾਈਨ ਖਿੱਚ ਕੇ ਦਾ ਭਰਾ ਤੇਰਾ ਮਾਮਾ ਚੱਲਦਾ ਆ, ਤੇਰੇ ਨਾਲ ਚੱਲਾਂਗੇ, ਤੂੰ ਡਟ ਕੇ ਕੰਮ ਕਰ, ਗਾਂ ਬਚਿੱਤਰ ਨੂੰ ਲੜਾ, ਇਹ ਤੇਰੀ ਮਰਜ਼ੀ, ਅਸੀਂ ਤੇਰੇ ਨਾਲ। ਇਸੇ ਤਰ੍ਹਾਂ ਹੀ ਬਟਾਲਾ ਸਾਹਿਬ ਆ ਗਏ, ਪਤਾ ਨਹੀਂ 50 ਪਿੰਡ ਬਾਦਲ ਸਾਹਿਬ ਮੇਰੇ 50 ਪਿੰਡ ਗਏ ਆ। ਇੱਥੇ ਤਾਂ ਮੈਂ 20-30 ਮਕਾਨ ਦਿੱਤੇ, ਉੱਥੇ 50-50 ਮਕਾਨ ਦਿੱਤੇ ਆ। ਰਸੂਲਪੁਰ ਸਾਰੇ ਵੱਡੇ ਉੱਗੀ ਆਪਣੇ ਗਿੱਲਾਂ, ਉਹ 50 ਪਿੰਡਾਂ 'ਚ ਵੀ ਦਾਸ ਦਖਲ ਦਊਗਾ ਬਟਾਲਾ ਸਾਹਿਬ ਦੇ। 50 ਪਿੰਡ ਮੇਰੇ ਗਏ ਆ, ਉਹੀ 50 ਪਿੰਡਾਂ 'ਚ ਸੁੰਦਰ ਗ੍ਰਾਮ ਕਾਂਗਣਾ ਜਿੱਥੋਂ ਦਾ ਸਾਹ ਦਰਬਾਰਾ ਸਿੰਘ ਸੀ, ਕੋਈ ਚੀਜ਼ ਛੱਡੀ ਨਹੀਂ ਗਈ। ਇੱਦਾਂ 3 ਸੁੰਦਰ ਗ੍ਰਾਮ ਮੁੰਡੇ ਉੱਥੇ ਰੱਖੇ ਆ, 10-10 ਮਕਾਨ ਅਤੇ ਡਿਵੈਲਪਮੈਂਟ ਕੀਤੀ। ਉਹ 50 ਪਿੰਡ ਵੀ ਜਿੱਥੇ ਬਟਾਲਾ ਸਾਹਿਬ ਕਹਿਣਗੇ ਉੱਥੇ ਜਾਊ। ਫਿਰ ਨਾਲ ਮੈਂ ਇੱਥੇ ਕਹਿੰਦਾ, ਤੁਹਾਡੇ ਗਿੱਦੜ ਬਾਏ ਉੱਥੇ ਵੀ ਡਿਊਟੀ ਲਾਈ ਗਈ, 100-100 ਮਕਾਨ ਇੱਕਦਾਂ ਦਿੱਤਾ, 100-100 ਮਕਾਨ ਉੱਥੇ ਵੀ ਤੁਹਾਡੇ ਲਾਉਂਗੇ ਡਿਊਟੀ, ਮਕਾਨ 25 ਮੁੰਡੇ ਉੱਥੇ ਵੀ ਰੱਖੇ। ਮੈਂ ਜਿੱਥੇ ਵੀ ਹੈਗਾ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰੂੰ, ਅਨਕੰਡੀਸ਼ਨਲੀ ਮੈਂ ਆਇਆ, ਕੋਈ ਮੇਰੀ ਮੰਗ ਨਹੀਂ। ਮੈਂ ਐਸਟ ਬਣਿਆ ਜਦੋਂ ਪਰਮਾਤਮਾ ਨੇ ਆਈ ਰਿਹਾ ਅਕਾਲੀ ਦਲ, ਬੜੀ ਛੋਟੀ ਛੇਤੀ ਆ ਰਿਹਾ ਹੈ। ਸਮਝੇ ਕਿ ਬ੍ਰਿਜ ਭੁਪਿੰਦਰ ਸਿੰਘ ਕੋਈ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਐਸਟ ਹੈਗਾ, ਉਸ ਹਿਸਾਬ ਨਾਲ ਜੋ ਤੁਸੀਂ ਠੀਕ ਸਮਝੋ ਨਵਾਜ਼ਿਓ, ਮੇਰੀ ਅਨਕੰਡੀਸ਼ਨਲੀ ਮੇਰੀ ਤੁਹਾਡੇ 'ਚ ਜੁਆਇਨਿੰਗ ਆ, ਕੋਈ ਮੇਰੀ ਮੰਗ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ, ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ, ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ, ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਜਿੰਦਾਬਾਦ, ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਜਿੰਦਾਬਾਦ, ਸਰਦਾਰ ਪਰਮਿੰਦਰ ਸਿੰਘ ਢੀਂਸਾ ਜਿੰਦਾਬਾਦ, ਸਰਦਾਰ ਪਰਮਿੰਦਰ ਸਿੰਘ ਢੀਂਸਾ ਜਿੰਦਾਬਾਦ, ਸਰਦਾਰ ਮਹਿਬ ਸਿੰਘ ਕੁਹਾੜ ਜਿੰਦਾਬਾਦ, ਸਰਦਾਰ ਮਹਿਬ ਸਿੰਘ ਕੁਹਾੜ ਜਿੰਦਾਬਾਦ, ਸਰਦਾਰ ਮਹਿਬ ਸਿੰਘ ਕੁਹਾੜ ਜਿੰਦਾਬਾਦ, ਲੌਂਗੋਵਾਲ ਸਾਹਿਬ ਜਿੰਦਾਬਾਦ, ਸ੍ਰੀ ਲੌਂਗੋਵਾਲ ਸਾਹਿਬ ਜਿੰਦਾਬਾਦ, ਸਰਦਾਰ ਮੈਡਮ ਜੋਸ਼ੀ ਸਾਡੇ ਮੰਤਰੀ ਜਿੰਦਾਬਾਦ, ਸਰਦਾਰ ਮੈਡਮ ਜੋਸ਼ੀ ਜਿੰਦਾਬਾਦ, ਸਾਰੀ ਪ੍ਰੈਸ ਚੋਣ ਨਿਸ਼ਾਨ ਜਿੰਦਾਬਾਦ, ਚੋਣ ਨਿਸ਼ਾਨ। ਅੱਜ